ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਉਸ ਵੀਡੀਓ ਦੇ ਵਿੱਚ ਮਾਂ ਦਾ ਆਪਣੇ ਵਿਛੜੇ ਪੁੱਤ ਦੇ ਨਾਲ 8 ਸਾਲ ਬਾਅਦ ਮਿਲਾਪ ਹੋਇਆ। 8 ਸਾਲ ਤੱਕ ਮਾਤਾ ਕਿਸ ਕਿਸ ਤਰ੍ਹਾਂ ਦਰ ਦਰ ਭਟਕ ਭਟਕ ਕੇ ਆਪਣੇ ਬੱਚੇ ਦੀ ਤਲਾਸ਼ ਕਰਦੀ ਸੀ, ਪਰ ਗੁੱਜਰਾਂ ਨੇ ਉਹਨਾਂ ਦੇ ਬੱਚੇ ਨੂੰ ਚੁੱਕਿਆ। ਕਰੀਬ 110 ਪਸ਼ੂਆਂ ਦਾ ਹਰ ਰੋਜ਼ ਗੋਹਾ ਚੁਕਵਾਉਂਦੇ ਸੀ, ਬੱਚੇ ਦੇ ਨਾਲ ਕੁੱਟਮਾਰ ਕਰਦੇ ਸੀ, ਔਰ ਉਸ ਬੱਚੇ ਦੇ ਕੇਸ ਰੱਖੇ ਹੋਏ ਸਨ। ਉਹਨਾਂ ਗੁੱਜਰਾਂ ਨੇ ਕੇਸਾਂ ਦਾ ਕਤਲ ਕਰ ਦਿੱਤਾ ਹੈ। ਪਤਾ ਚੱਲਦੇ 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 ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਉਸ ਜਗ੍ਹਾ ਪਹੁੰਚੀ ਔਰ ਉਹਨਾਂ ਨੇ ਗੁੱਜਰਾਂ ਦੇ ਪੰਜੇ 'ਚੋਂ ਆਜ਼ਾਦ ਕਰਾਇਆ ਇੱਕ ਪੰਜਾਬੀ ਬੱਚੇ ਨੂੰ। ਸੋਸ਼ਲ ਮੀਡੀਆ 'ਤੇ ਉਸ ਵੀਰ ਵੱਲੋਂ ਇਹ ਵੀ ਦੱਸਿਆ ਗਿਆ ਕਿ ਪੁਲਿਸ ਸਾਡੀ ਮਦਦ ਨਹੀਂ ਕਰ ਰਹੀ, ਉਲਟਾ ਸਾਨੂੰ ਡਰਾ ਧਮਕਾ ਕੇ ਸਾਡੇ 'ਤੇ ਕੇਸ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਲੇਕਿਨ 8 ਸਾਲ ਬਾਅਦ ਅੱਜ ਉਸ ਮਾਂ ਦੇ ਦਿਲ ਦੀ ਹਾਲਤ ਜਾਣਨ ਦੀ ਕੋਸ਼ਿਸ਼ ਕਰੋ ਜਿਸ ਦੇ ਜਿਗਰ ਦਾ ਟੁਕੜਾ ਉਸ ਤੋਂ ਵਿਛੜ ਗਿਆ ਸੀ ਔਰ ਇਹਨਾਂ ਵੀਰਾਂ ਦੀ ਬਦੌਲਤ ਅੱਜ ਉਹ ਮਿਲ ਗਿਆ ਹੈ। ਆਲੇ ਦੁਆਲੇ ਪਿੰਡਾਂ ਦੇ ਵਿੱਚ ਗੁੱਜਰ ਜੋ ਬੈਠੇ ਹੋਏ ਨੇ ਉਹਨਾਂ 'ਤੇ ਖਾਸ ਕਿਸਮ ਦੀ ਨਜ਼ਰ ਰੱਖਣੀ ਚਾਹੀਦੀ ਹੈ। ਹਾਲਾਂਕਿ ਬਹੁਤ ਸਾਰੇ ਗੁੱਜਰ ਜੋ ਕਿ ਪਰਿਵਾਰਕ ਮੈਂਬਰ ਬਣੇ ਹੋਏ ਨੇ ਪਰ ਦਿਲਾਂ ਵਿੱਚ ਅਜੇ ਵੀ ਕਿਤੇ ਨਾ ਕਿਤੇ ਫਰਕ ਹੈ। ਵੇਖੋ ਵਾਇਰਲ ਵੀਡੀਓ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਾਡਾ ਸਾਧੂ ਜਿਹੜਾ ਹੁਣੇ ਹੁਣੇ ਪਹਿਲਾਂ 4 ਕੁ ਘੰਟੇ ਪਹਿਲਾਂ ਇੱਕ ਕਾਰਵਾਈ ਪਾਈ ਗਈ ਆ ਬਾਬਾ ਦੀਪ ਸਿੰਘ ਸੇਵਾ ਦਲ ਵੈਲਫੇਅਰ ਸੁਸਾਇਟੀ ਦੀ ਨੂੰ ਟੀਮ ਵੱਲੋਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਇਹਦੇ ਬੱਚੇ ਦੇ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਅਸੀਂ ਇੱਕ ਗੁੱਜਰਾਂ ਦੇ ਕੋਲ 'ਤੇ ਰੇਡ ਮਾਰੀ ਸੀਗੀ, ਹੈ ਨਾ। ਉੱਥੇ 3 ਬੱਚੇ ਮਿਲੇ ਸੀਗੇ ਅਤੇ ਇੱਕ ਜਿਹਨਾਂ ਵਿੱਚੋਂ ਇਹ ਪੰਜਾਬੀ ਸੀ। ਅਸੀਂ ਇਹਦੀ ਵੀਡੀਓ ਬਣਾ ਕੇ ਅਪਲੋਡ ਕਰਤੀ ਸੀ। ਇਹਨੂੰ ਅਸੀਂ ਉੱਥੇ ਜਿੱਦਾਂ ਪੰਚਾਇਤ ਦੀ ਜ਼ਿੰਮੇਵਾਰੀ ਦੇ ਵਿੱਚ ਛੱਡ ਕੇ ਉਸ ਟਾਈਮ ਆਏ ਸੀ, ਕਿਉਂਕਿ ਉਸ ਟਾਈਮ ਜਾਂਦਾ ਨਹੀਂ ਸੀ, ਮੇਰਾ ਵੀ ਉਹ ਤਰ੍ਹਾਂ ਹੋ ਗਿਆ ਵੀ ਇਹਨੂੰ ਡਰਾਤਾ ਸੀ ਵੀ ਨਹੀਂ ਤੈਨੂੰ ਕਰ ਦੇਣਾ ਅਤੇ ਉਹ ਕਰ ਦੇਣਾ। ਇਹ ਵਿਚਾਰਾ ਜਾਂਦਾ ਨਹੀਂ ਸੀ ਉੱਥੋਂ। ਅਸੀਂ ਪੰਚਾਇਤ ਦੀ ਜ਼ਿੰਮੇਵਾਰੀ 'ਚ ਉੱਥੇ ਪੰਚਾਇਤ ਕੋਲੋਂ ਸੈਨ ਕਰਾ ਕੇ ਦਰਖਾਸਤਾਂ 'ਚ ਅਸੀਂ ਵੀਡੀਓ ਵਾਇਰਲ ਕਰਤੀ ਸੀ ਵੀ ਕੋਈ ਵੀ ਕਿਤੇ ਇਹਨੂੰ ਹੋਵੇ ਤਾਂ ਪਛਾਣ ਲਓ। ਉਹੀ ਗੱਲ ਹੋਈ ਵੀਰੇ, ਉਹ ਇਹਨੂੰ ਵੀਡੀਓ ਨੂੰ ਦੇਖ ਕੇ ਇਹਦਾ ਮਾਮਾ ਜੀ, ਇਹਦੀ ਮਾਂ, ਪਿੰਡ ਇਹ ਕਰਨੈਲ ਗੰਜ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਇਹ ਮਿਲ ਗਿਆ। ਮਤਲਬ ਉਹਨਾਂ ਦੇ ਪਰਿਵਾਰ ਦਾ ਫੋਨ ਆਇਆ ਕੱਲ੍ਹ, ਉਹਨੇ ਜਦੋਂ ਫੋਟੋਆਂ ਭੇਜੀਆਂ ਸਾਡੀ ਰੂਹ ਖਿੜ ਗਈ ਵੀ ਪਰਮਾਤਮਾ ਨੇ ਸਾਡੀ ਦੁਆ ਸੁਣ ਲਈ, ਅਰਦਾਸ ਬੇਨਤੀ ਸੁਣ ਲਈ ਆ ਵੀ ਆਪਾਂ ਕਿਹਾ ਸੀ ਇਹ ਬੱਚਾ ਆਪਣੇ ਪਰਿਵਾਰ ਕੋਲ ਜਾਵੇ। ਅੱਜ ਇਹ ਬੱਚੇ ਨੂੰ ਲੈਣ ਦੇ ਲਈ ਉਹਦੇ ਮਾਪੇ ਮਾਮੇ ਸਾਰੇ ਇੱਥੇ ਪਹੁੰਚੇ, ਮਾਂ ਵੀ ਆਈ ਆ ਅਤੇ ਫਿਰ ਸਾਰੇ ਵੀਰੇ ਕਹਿੰਦੇ ਆ ਜ਼ਰੂਰ ਵੀ ਯਾਰ ਤੁਸੀਂ ਵੀ ਤੁਸੀਂ ਕਈ ਵੀਰ ਵਿੱਚ ਕਹਿ ਰਹੇ ਆ ਤੁਸੀਂ ਪਰਚਾ ਕਿਉਂ ਨਹੀਂ ਕਰਾਉਂਦੇ, ਇਹਨਾਂ ਦੇ ਕਾਰਵਾਈ ਕਿਉਂ ਨਹੀਂ ਕਰਾਉਂਦੇ। ਵੀਰ ਉਹ ਗੱਲ ਇੱਦਾਂ ਆ ਸਾਡੇ ਜਿਹੜੇ ਮਤਲਬ ਕਾਨੂੰਨ ਜਿਹੜਾ ਸਿਸਟਮ ਆ ਬਹੁਤ ਗੰਦਾ ਇਸ ਟਾਈਮ ਵੀ, ਮਤਲਬ ਜੋ ਕਹਿਣ ਲਈ ਉਹ ਚੰਗੇ ਬੰਦੇ ਵੀ ਹੈਗੇ ਆ ਜਿਹੜੇ ਸਾਡੀ ਕੰਮ ਜਿਹੜਾ ਕਰ ਰਹੇ ਆ, ਇਹ ਜਿਹੜੀ ਇਹ ਸੇਵਾ ਕਰ ਰਹੇ ਹੋ ਉਹਨੂੰ ਮਤਲਬ ਵਧੀਆ ਕਹਿੰਦੇ ਆ, ਪਰ ਜਦੋਂ ਅਸੀਂ ਅੱਜ ਸੋਹੇ ਥਾਣੇ ਦੇ ਵਿੱਚ ਆਏ ਹਾਂ ਸਾਨੂੰ ਇੰਨਾ ਨਿਰਾਸ਼ਾ ਦਾ, ਹੁਣ ਸਾਰੇ ਗਵਾਹ ਆ ਇੱਥੇ ਇੰਨੀ ਸਿਰ ਖਪਾਈ ਕਰਨੀ ਪਈ, ਇੱਕ ਮੁਲਾਜ਼ਮਾਂ ਨਾਲ ਸਾਡੀ ਬਹਿਸ ਵੀ ਬਹਿਸਬਾਜ਼ੀ ਵੀ ਹੋਈ ਆ ਵੀ ਕਹਿੰਦੇ ਇੱਥੇ ਪਰਚਾ ਨਹੀਂ ਹੋਣਾ, ਇੱਥੇ ਉਹ ਨਹੀਂ ਹੋਣਾ, ਮਤਲਬ ਇੱਦਾਂ ਦਾ ਉਹਨਾਂ ਨੇ ਅਡੰਬਰ ਜਿੱਦਾਂ ਮਤਲਬ ਇੱਥੇ ਕਹੀਏ ਸਾਡੇ ਨਾਲ ਬਦਤਮੀਜ਼ੀ ਜਿਹੀ ਕੀਤੀ ਆ। ਪਰ ਫਿਰ ਵੀ ਹੁਣ ਇੱਥੇ ਮਾਪੇ ਆ, ਇਹਨਾਂ ਨੇ ਗੁੰਮਸ਼ੁਦੀ ਰਿਪੋਰਟ ਜਿਹੜੀ ਆ ਉਹ ਭਲੱਥ ਥਾਣੇ ਦੇ ਵਿੱਚ ਲਿਖਾਈ ਸੀ, ਇੱਥੋਂ ਜਾਂ ਰਵਾਨਗੀ ਜਿਹੜੀ ਕਹਿ ਦਈਏ ਵੀ ਬਰਾਮਦਗੀ ਉਹ ਨਹੀਂ ਕਰਦੇ ਸੀ, ਉਹ ਇਹ ਨਹੀਂ ਹੁਣ ਕੀਤੀ ਆ ਅਤੇ ਕਰਕੇ ਤਾਂ ਹੁਣ ਪਰਚਾ ਜਿਹੜਾ ਭਲੱਥ ਥਾਣੇ 'ਚ ਹੋਊਗਾ। ਤਿੰਨੇ ਗੁੱਜਰ ਜਿਹੜੇ ਹਵਾਲਾ 'ਚ ਬੰਦ ਕੀਤੇ ਹੋਏ ਆ ਅਤੇ ਥਾਣੇ ਅਸੀਂ ਦੋਵੇਂ ਥਾਣੇ 'ਚ ਖੜ੍ਹੇ ਹਾਂ।
ਬਾਕੀ ਗੱਲ ਇਹ ਇਹਦੇ ਬੱਚੇ ਦੇ ਕੇਸ ਵੀ ਰੱਖੇ ਸੀ, ਕੇਸ ਵੀ ਕਤਲ ਕੀਤੇ ਗਏ ਉਹਨਾਂ ਜ਼ਾਲਮਾਂ ਨੇ, ਉਹਨਾਂ ਬੁੱਚੜਾਂ ਨੇ ਕੇਸ ਕਤਲ ਕੀਤੇ ਗਏ ਉਹਦੀ। ਜੇ ਤੁਹਾਨੂੰ ਫੋਟੋ ਸਰਦਾਰ ਦੀ ਹੈਗੀ ਭਾਜੀ, ਫੋਟੋ ਭਾਜੀ ਦਿਖਾ ਲਓ, ਫੋਟੋ ਤੁਹਾਨੂੰ ਦਿਖਾ ਲਾਂਗੇ। ਕੇਸ ਰੱਖੇ ਸੀ ਇਸ ਬੱਚੇ ਨੇ, ਇਹ ਮੇਲਾ ਦੇਖਣ ਆਇਆ ਸੀ ਭੇਖੋਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਮੇਲਾ ਦੇਖਣ ਆਇਆ ਸੀ। ਆਹ ਹੁਣ ਇਹ 'ਤੇ ਪਰਚਾ ਜਿਹੜਾ ਉਹ ਸਾਰਾ ਕਰਦਾ ਤਾਂ ਕੇਸ ਕਤਲ ਦੇ ਵੀ ਕੀਤੇ ਆ ਵੀ ਕੇਸ ਵੀ ਕਤਲ ਕੀਤਾ ਗਿਆ ਸਾਰਾ ਇਹਦਾ। ਆਹ ਜਿਹੜੀ ਇਹਦਾ ਆਹ ਸਰਦਾਰ ਠੀਕ, ਆਹ ਜਿਹੜਾ ਇਹਦੀ ਆ ਕੇਸ ਰੱਖੇ ਸੀ ਇਹਨੇ, ਇਹਦੀ ਕੇਸ ਕਤਲ ਕੀਤੇ ਗਏ ਦੱਸਦੇ ਵੀ ਗੁਰਦੁਆਰਾ ਸਾਹਿਬ ਦੇ ਵਿੱਚ। ਮਾਤਾ ਜੀ ਕਿੱਦਾਂ ਕੀ ਸੁਭਾਅ ਸੀ, ਜਿੱਦਾਂ ਹੁਣ ਹਾਲਾਤ ਦੇ ਵਿੱਚ ਇਹਨੂੰ ਮਾੜਾ ਕੀਤਾ ਗਿਆ ਉਦੋਂ ਕੀ ਸੀ ਸੁਭਾਅ ਇਹਦਾ ਦੱਸਿਓ ਮਤਲਬ। ਅੱਛਾ ਅਸੀਂ ਰਾਤ ਨੂੰ ਆ ਕੇ ਆਰਾਮ ਕਰ ਲੈਣਾ, ਪਰ ਇਹ ਸਹੀ ਸਹੀ ਦਾ ਲੰਗਰ ਚ ਸੇਵਾ ਕਰਦਾ ਰਿਹਾ। ਅੱਛਾ ਜੀ, ਇਹਨੂੰ ਅਸੀਂ ਆਪ ਫੜ ਕੇ ਲਿਆਣਾ ਜਾ ਕੇ ਘੜੀ ਸੇ ਲੰਮਾ ਪੈਰਾ ਆਰਾਮ ਕਰਦਾ, ਪਰ ਜੇ ਅਸੀਂ ਆ ਕੇ ਲੰਮਾ ਬਣਾ ਫਿਰ ਦੋ ਜਣੇ ਲਿਵ ਲੱਗੀ ਲੰਗਰ ਫਿਰ ਚੱਲ ਜਾਣਾ ਲੰਗਰ ਤਾਂ। ਅੱਛਾ ਜੀ, ਪਿੰਡੋਂ ਟਰਾਲੀਆਂ ਚ ਆਇਆ ਸੀ ਕਿਦਾਂ? ਪਿੰਡੋਂ ਟਰਾਲੀਆਂ ਦੋ ਗਈਆਂ ਸੀਗੀਆਂ, ਇੱਕ ਆਪਣੀ ਇਹਨਾਂ ਦੀ ਗਈ ਸੀਗੀ ਤੇ ਇੱਕ ਪਿੰਡੋਂ ਹੋਰ ਰਿਸ਼ਤ ਗਈ ਸੀਗੀ। ਜ਼ਿਮੀਂਦਾਰ ਫੈਮਿਲੀ ਚੋਂ ਬੱਚਾ, ਜ਼ਮੀਨ ਕਿੰਨੀ ਇਹਦੀ? ਮਣੀਕਰਨ ਸਾਹਿਬ ਤੇ ਦੋ ਤਿੰਨ ਘੁੰਮੇ ਆ, ਬਹੁਤ ਖਰਚਾ ਕੀਤਾ ਪਰ ਸਾਨੂੰ ਤੁਹਾਡੀ ਕਿਰਪਾ ਹੋਈ ਆ, ਬਹੁਤ ਕਿਰਪਾ। ਜਦੋਂ ਤੁਸੀਂ ਲਾਈਫ ਪਾਇਆ ਤੇ ਸਾਨੂੰ ਬੱਚਾ ਮਿਲ ਗਿਆ, ਨੀ ਸਾਨੂੰ ਬੱਚਾ ਮਿਲਦੀ ਨਹੀਂ ਸੀ। ਅਸੀਂ ਤਦੇ ਵੀਰਾਂ ਨੂੰ ਕਹਿੰਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਲੋੜਵੰਦ ਕਿਸੇ ਦਾ ਬੱਚਾ ਜਿਹੜਾ ਮਿਲਾਇਆ ਜਾ ਸਕੇ, ਕਿਉਂਕਿ ਜਿਹੜੇ ਇਹਨਾਂ ਨੇ ਬੱਚੇ ਫੜੇ ਆ ਉਹ ਵੀ ਕਿਸੇ ਦੇ ਪੁੱਤਾ ਕਿਸੇ ਦੇ ਭੈਣ ਭਰਾ ਆ ਕਿਸੇ ਦੇ ਹਨਾ ਭੈਣ ਭਰਾ ਪੁੱਤ ਆ ਹਨਾ, ਤੇ ਆਪਾਂ ਜ਼ਰੂਰ ਇਹਨਾਂ ਨੂੰ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਕਿਸੇ ਲੋੜਵੰਦ ਤੱਕ ਪਹੁੰਚੇ ਵੀਡੀਓ, ਜਿੱਦਾਂ ਜੇ ਪਰਿਵਾਰ ਆਪਣੇ ਬੱਚੇ ਨੂੰ 8 ਸਾਲ ਬਾਅਦ ਬੱਚਾ ਆਪਣੇ ਪਰਿਵਾਰ ਨੂੰ ਮਿਲਿਆ। 8 ਸਾਲ ਬੜਾ ਔਖਾ ਲੰਘਿਆ ਜਿਹਨਾਂ ਦਾ ਪਿਓ ਤੜ ਗਿਆ ਘੁੱਟ ਵੀ ਇਹਦੇ ਨੇ ਰੋਣਾ ਪੜਾ। ਅੱਛਾ ਜੀ, ਇਹਦੇ ਕੰਮ ਦੇ ਵਿੱਚ ਆਇਓ ਰੋਪਾ ਉਹ 8 ਸਾਲ ਕੌਣ ਮੋੜੂਗਾ ਇਹਦੇ ਬੱਚੇ ਦੇ, ਇਹ 8 ਸਾਲ ਜਿਹੜੇ ਉਸ ਉਹਨੇ ਤਸ਼ੱਦਦ ਢਾਇਆ ਕੌਣ ਮੋੜੂਗਾ 8 ਸਾਲ? ਮਾਂ ਉਹ ਵੀ ਰੋਂਦਾ ਮਰ ਗਿਆ ਤੇ ਮਾਂ ਵੀ ਰੋਂਦੀ, ਮਾਂ ਦੇ ਕੁਝ ਮਿਲ ਗਿਆ, ਮਾਂ ਵਿਚਾਰੀ ਧਾਹਾਂ ਮਾਰ ਮਾਰ ਰੋਈ ਜਦੋਂ ਇਹਨੂੰ ਬੱਚੇ ਨੂੰ ਮਿਲਿਆ। ਤੁਸੀਂ ਵੀਡੀਓ ਦੇਖੀ ਹੋਣਗੀ, ਜਿਹੜੀ ਨਹੀਂ ਦੇਖੀ ਲਾਈਵ ਬੈਕ ਕਰਕੇ ਦੇਖਿਓ, ਅਸੀਂ ਉਹਦੇ ਹੱਥ ਨਹੀਂ ਚੱਕਣਾ, ਮੇਰੇ ਪਹਿਲਾਂ ਵੀ ਲਾਈਵ ਦੇਖੀ ਹੋਣਗੇ। ਮੈਂ ਕਿਸੇ ਨੂੰ ਆਪਾਂ ਚਲੋ ਗੁੱਸੇ 'ਚ ਬੋਲ ਹੋ ਜਾਂਦਾ ਪਰ ਆਪਾਂ ਹੱਥ ਚੱਕਣ ਨੂੰ ਦਿਲ ਨਹੀਂ ਸੀ ਕਰਦਾ, ਪਰ ਅੱਜ ਹੱਥ ਚੁਕਾਇਆ ਉਸ ਜਿਹੜੇ ਉਹਨਾਂ ਬੰਦਿਆਂ ਨੇ ਕਿੱਦਾਂ ਚੱਕ ਹੋਇਆ ਇਹ ਪਰਿਵਾਰ ਨਹੀਂ ਦੇਖਿਆ ਗਿਆ, ਰੋਂਦਾ ਨਹੀਂ ਦੇਖਿਆ, ਧਾਹਾਂ ਮਾਰ ਮਾਰ ਮਾਂ ਨਾ ਜਿੱਦਾਂ ਮਾਂ ਪੁੱਤ ਧਾਹਾਂ ਮਾਰ ਮਾਰ ਰੋਏ ਨਹੀਂ ਦੇਖਿਆ ਗਿਆ। ਉਸ ਟਾਈਮ ਜਿਹੜੇ ਬੰਦੇ ਉੱਥੇ ਹੋ ਸਾਰਿਆਂ ਦੇ ਅੱਖਾਂ 'ਚ ਹੰਝੂ ਆਏ ਹੋਣਗੇ, ਉਸ ਸਾਡੇ ਆਪਣੇ ਆਏ ਤਾਂ ਹੱਥ ਚੱਕਿਆ ਸੀ, ਇਹਨਾਂ ਦਾ ਹੱਥ ਨਹੀਂ ਚੱਕਣਾ ਸੀ। ਕਈ ਹੁਣ ਫੇਸਬੁੱਕ 'ਤੇ ਵਿਦਵਾਨ ਜਿਹੜੇ ਬੈਠੇ ਹੋਣਗੇ ਨਾ ਉਹਨੀ ਸਾਨੂੰ ਇਹ ਵੀ ਕਹਿਣਾ ਤੁਸੀਂ ਹੱਥ ਚੱਕਿਆ ਤੁਸੀਂ ਗਲਤੀ ਕੀਤੀ, ਠੀਕ ਹੈ ਜੀ, ਪਰ ਹੱਥ ਚੱਕਣ ਲਈ ਮਜਬੂਰ ਕਿੱਦਾਂ ਕਿੱਦਾਂ ਹੋਏ ਆ, ਕਿੰਨੇ ਚਿਰ ਹੋ ਗਿਆ ਤੁਸੀਂ ਸਾਰੇ ਸਾਡੇ ਦੇਖਦੇ ਹੋਣਗੇ ਵੀਡੀਓ, ਕਿੱਦਾਂ ਹੱਥ ਚੱਕਣ ਲਈ ਮਜਬੂਰ ਹੈ? ਮਿੰਨਤਾਂ ਪਾਪਾ ਥੱਕ ਗਏ, ਇਹ ਲੋਕ ਨਹੀਂ ਮੰਨਦੇ, ਨਹੀਂ ਮੰਨਦੇ ਲੋਕ, ਨਹੀਂ ਮੰਨਦੇ ਸਾਡੇ। ਅਸੀਂ ਕਹਿੰਦੇ ਸਾਡੇ ਲਾਗੇ ਸਾਫ਼ ਕਰ ਦੇਣਾ, ਅਸੀਂ ਆਪਣਾ ਸਾਫ਼ ਤਾਂ ਆਪਣਾ ਆਪਣਾ ਹੱਥ ਸਾਫ਼ ਕਰੀਏ, ਇਹ ਲੋਕ ਪਰ ਨਹੀਂ ਮੰਨਦੇ, ਮਿਹਨਤ ਤਰਲਾ ਕਰੀ ਜਾਂਦੇ, ਵੀਡੀਓ ਬਣਾ ਬਣਾ ਚਾੜੀ ਜਾਂਦੇ, ਪਰ ਸ਼ਰਮੀ ਹੈ ਨਹੀਂ ਲੋਕਾਂ ਨੂੰ। ਕੀ ਕਰੀਏ ਤੁਸੀਂ ਦੱਸੋ, ਪ੍ਰਸ਼ਾਸਨ ਕੌਣ ਗਿਆ? ਪ੍ਰਸ਼ਾਸਨ ਤਾਂ ਨਹੀਂ ਸੁਣਦਾ ਇੱਥੇ, ਤਾਂ ਸਾਡੀ ਕੋਈ ਕਜਾ ਹੋਈ ਇਹਨਾਂ ਨਾਲ, ਕੀ ਕਰੀਏ ਦੱਸੋ? ਪਰ ਜੇ ਤਾਂ ਨਹੀਂ ਕਰਨ ਡਿਆ ਉਹ ਕਿੱਦਾਂ ਕਰੀਏ ਹੁਣ? ਆਪ ਸਜ਼ਾ ਦਿੰਦੇ ਹਾਂ ਤਾਂ ਕਹਿੰਦੇ ਅਸੀਂ ਮਾੜੇ, ਸਾਡੇ 'ਤੇ ਜਿੰਨੇ ਪਰਚੇ ਸਾਡੇ 'ਤੇ ਜਿੰਨੇ ਕਰਨੇ ਨਾ ਉਹ ਵੀ ਕਰ ਦੇਣ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ।
ਪਰਮਾਤਮਾ ਨੇ ਬੜਾ, ਚਲੋ ਪਰਮਾਤਮਾ ਨੇ ਇਸ ਕਾਰਜ ਵਿੱਚ ਲਾਏ ਆ। ਪਹਿਲਾਂ ਹੋਰ ਕੰਮਾਂ 'ਚ ਪਰਚੇ ਹੁੰਦੇ ਹੋਣਗੇ, ਅੱਜ ਜੇ ਚੰਗੇ ਕੰਮ ਲਈ ਪਰਚੇ ਹੋ ਜਾਣ ਤਾਂ ਆਪਾਂ ਨੂੰ ਮਾਣ ਹੋਊਗਾ, ਕੋਈ ਗੱਲ ਨਹੀਂ। ਬਾਕੀ ਇਹ ਗੱਲ ਆ, ਅਸੀਂ ਬਾਬਾ ਦੀਪ ਸਿੰਘ ਟਰੱਸਟ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਔਰ ਇਹਨਾਂ ਦੇ ਅਸੀਂ ਇੰਨੇ ਕੁ ਖੁਸ਼ ਹਾਂ ਕਿ ਅਗਰ ਇਹਨਾਂ ਦੀ ਖਾਤਰ ਸਾਨੂੰ ਬਲੀਦਾਨ ਵੀ ਦੇਣਾ ਪਿਆ ਤਾਂ ਅਸੀਂ ਜ਼ਰੂਰ ਦਿਆਂਗੇ। ਔਰ ਇਸ ਬਾਬਾ ਦੀਪ ਸਿੰਘ ਟਰੱਸਟ ਨੇ ਅੱਜ 8 ਸਾਲਾਂ ਤੋਂ ਵਿਛੜਿਆ ਪਰਿਵਾਰ ਮਿਲਾ ਕੇ ਇੱਕ ਮਾਂ ਪੁੱਤ ਦਾ ਬੜਾ ਹੌਸਲਾ ਵਧਾਇਆ। ਅਸੀਂ ਬਹੁਤ ਬਹੁਤ ਇਸ ਟਰੱਸਟ ਦੇ ਧੰਨਵਾਦ ਹਾਂ। ਅਸੀਂ ਬਹੁਤ ਬਹੁਤ ਇਹਨਾਂ ਦੇ ਹੱਥ ਜੋੜ ਕੇ ਸ਼ੁਕਰਗੁਜ਼ਾਰ ਕਰ ਰਹੇ ਹਾਂ ਕਿ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਪਰਮਾਤਮਾ ਇਹੋ ਜਿਹਾ ਇਨਸਾਨ ਦੁਨੀਆਂ 'ਤੇ ਕੋਈ ਥੋੜ੍ਹਾ ਜਿਹਾ ਹੋ ਭੇਜ ਜਿਹੜਾ ਕਿ ਪੰਜਾਬ ਦੇ ਵਿੱਚ ਧੱਕਾ ਹੋ ਰਿਹਾ, ਇਹ ਤੋਂ ਅਸੀਂ ਬਚ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਮਾਮਾ ਜੀ ਆ ਉਹਦੇ, ਉਹ ਟਾਈਮ ਮਿਲਿਆ ਜਦੋਂ ਜੱਫੀ ਪਾ ਕੇ ਮਾਮਾ ਪਛਾਣਿਆ ਨੇ, ਮਾਮਾ ਗਿਆ, ਮਾਮਾ ਮਾਂ ਗਿਆ, ਇੱਕ ਹੋਰ ਸੀ ਤਾਇਆ ਜੀ ਗਿਆ ਨਾ, ਚਾਚਾ ਤਾਇਆ ਗਿਆ, ਮਤਲਬ ਦੇਖੋ ਇਹ ਬੱਚੇ ਨੇ ਕਿੰਨੇ 8 ਸਾਲ ਬਾਅਦ ਪਛਾਣ ਲਿਆ। ਆਓ ਇਹਨਾਂ ਗੱਲਬਾਤ ਕਰਾਉਂਦੇ। ਸਾਧੂ ਕੀ ਨਾਮ ਆ ਤੇਰਾ? ਸਿੰਦਰ। ਤੇ ਮੇਰਾ ਪੁੱਤ ਤੈਨੂੰ ਕੁੱਟਦੇ ਵੀ ਸੀਗੇ? ਕੁੱਟਦੇ ਸੀ? ਸੱਚੀ ਕਿੱਥੇ ਮਾਰਦੇ ਹੁੰਦੇ? ਡੰਡੇ ਮਾਰਦੇ ਸੀ। ਰਾਤ ਨੂੰ ਕੀ ਕਰਦੇ? ਰੋਟੀ ਕਿੰਨੇ ਦਿੰਦੇ? ਦੋ ਰੋਟੀਆਂ, ਉਹ ਤੋਂ ਵੱਧ ਨੀ ਦਿੰਦੇ? ਜਦੋਂ ਉੱਥੋਂ ਹੋ ਗਿਆ ਕੁਲਚੇ, 3-4 ਕੁਲਚੇ ਖਾ ਗਿਆ, ਇੰਨੀ ਭੁੱਖ ਦਾ 2 ਲੀਟਰ ਪਾਣੀ ਪੀਤਾ ਬੱਚੇ ਨੇ। ਦੇਖੋ ਆਹ ਆਇਆ ਕਰਤੂਤ ਉਹਨਾਂ ਦੀ। ਤੇ ਫਿਰ ਰਾਤ ਨੂੰ ਬੰਦ ਕਰ ਦਿੰਦੇ ਸੀ? ਤੂੰ ਦੌੜਾ ਵੀ ਸੀ ਕਿਸੇ ਦਿਨ? ਦੌੜਾ ਵੀ ਸੀ ਪਹਿਲਾਂ? ਦੌੜ ਨਹੀਂ ਦਿੰਦੇ ਸੀ। ਲਾਗੇ ਇੱਕ ਪੋਲਟਰੀ ਫਾਰਮ ਦਾ ਮਾਲਕ ਪਿੰਡ ਕਲਾਰਾਂ ਤੋਂ ਹੱਥੇ ਰਹਿੰਦੇ ਆ, ਉਹ ਵੀਰ ਦਾ ਮੈਂ ਧੰਨਵਾਦ ਆ, ਉਹਨੇ ਹਾਹ ਦਾ ਨਾਰਾ ਮਾਰਿਆ ਉਸ ਵੀਰ ਨੇ। ਉਹਨੇ ਦੱਸਿਆ, ਗਵਾਹੀ ਦਿੱਤੀ ਮੂਹਰੇ ਆਣ ਕੇ, ਕਹਿੰਦਾ ਮੇਰੇ ਸਾਹਮਣੇ ਕਹਿੰਦਾ ਕੁੱਟਦੇ ਸੀ, ਮਾਰਦੇ ਸੀ, 3 ਵਜੇ ਠਾਲ ਲਾਉਂਦੇ ਸੀ, ਸ਼ਾਮਾਂ ਨੂੰ 7-8 ਵਜੇ ਲੰਮਾ ਪਾਉਂਦੇ ਸੀ, ਸਾਰਾ ਦਿਨ ਗੋਹਾ ਚੁਕਾਈ ਜਾਣਾ, ਕਿੰਨੇ ਪਸ਼ੂ ਉਹਨਾਂ ਦੇ, ਇਕੱਲਾ ਹੀ ਗੋਹਾ ਚੱਕਦਾ ਵਿਚਾਰਾ, ਕੋਈ ਮਸ਼ੀਨ ਥੋੜੋ ਆ। 110 ਪਸ਼ੂ ਗਿਣੇ ਆ ਜੀ, 110 ਪਸ਼ੂਆਂ ਦਾ ਗੋਹਾ ਇਕੱਲਾ ਇਨਸਾਨ ਚੱਕਦਾ ਜੀ। ਦੇਖੋ ਕਿੰਨਾ ਤਸ਼ੱਦਦ ਉਸ ਬੱਚੇ ਦੇ ਕਰਦੇ। ਇਹ ਪ੍ਰਸ਼ਾਸਨ ਨੂੰ ਨਹੀਂ ਦੀਦਾ, ਬਸ ਇਹ ਪ੍ਰਸ਼ਾਸਨ ਜੇ ਅਸੀਂ ਕੁਛ ਕਰ ਰਹੇ ਹਾਂ, ਸਾਡੇ 'ਤੇ ਵੀ ਸਵਾਲ ਚੁੱਕੇ ਜਾ ਰਹੇ, ਸਾਨੂੰ ਗਲਤ ਕਿਹਾ ਜਾ ਰਿਹਾ ਕਿ ਤੁਸੀਂ ਗਲਤ ਕਰ ਰਹੇ ਹਾਂ, ਦੱਸੋ ਆਹ ਹਾਲਾਤ ਆ। ਅੱਜ ਇਹ ਹੁਣ ਭਲੱਥ ਥਾਣੇ ਦੇ ਵਿੱਚ ਜਿਹੜਾ ਪਰਚਾ ਕੀਤਾ ਜਾਊਗਾ, ਥਾਣੇ ਦਸੂਏ ਦੇ ਵਿੱਚ, ਉਹ ਹਵਾਲਾਤ ਦੇ ਵਿੱਚ ਅੰਦਰ ਆਏ, ਭਲੱਥ ਥਾਣੇ ਭੇਜੇ ਜਾਣਗੇ। ਅਤੇ ਬਾਕੀ ਅਪਡੇਟ ਸਾਰੇ ਵੀਰਾਂ ਨੂੰ ਦੇਣੀ ਸੀ। ਵੀਰ ਕਈ ਪੁੱਛ ਰਹੇ ਸੀ ਵੀ ਕੀ ਕੀਤਾ, ਕਰਨਾ ਜ਼ਰੂਰ ਪਰਚਾ, ਅੱਜ ਇਹ ਪਰਿਵਾਰ ਸਟੈਂਡ ਸਾਡੇ ਨਾਲ ਜੇ ਲੈ ਗਿਆ ਨਾ, ਤਾਂ ਮੈਂ ਕਹਿੰਦਾ ਆਪਾਂ ਜਿੱਥੇ ਮਰਜ਼ੀ ਇਹਨਾਂ ਸਜ਼ਾ ਦਵਾਉਣੀ, ਉਹ ਵਕੀਲ ਸਾਡੀ ਸੰਸਥਾ ਦਾ ਹੋਣਗੇ, ਜਿਹੜੇ ਪੱਕੇ ਵਕੀਲ ਆ ਸਾਡੇ, ਉਹ ਸੰਸਥਾ ਵੱਲੋਂ ਕੀਤੇ ਜਾਣਗੇ, ਸਾਰਾ ਖਰਚਾ ਇਹਨਾਂ ਸੰਸਥਾ ਕਰੂਗੀ, ਇਹਨਾਂ ਨੂੰ ਨਾਲ ਖੜੇ ਰਹਿਣਾ, ਇਹ ਪਰਿਵਾਰ ਸਾਡੇ ਨਾਲ ਰਹੇ, ਕਿਉਂਕਿ ਸਾਨੂੰ ਕਦੀ ਪਰਿਵਾਰ ਨਹੀਂ ਐਵੇਂ ਕੋਈ ਖੜ੍ਹਨੇ ਵਾਲੇ ਨਹੀਂ ਮਿਲੇ। ਜੇ ਪਰਿਵਾਰ ਸਾਡੇ ਨਾਲ ਖੜ੍ਹ ਜਾਏ ਨਾ, ਤਾਂ ਆਪਾਂ ਉਹਨਾਂ ਨੂੰ ਜ਼ਰੂਰ ਸਜ਼ਾ ਜਿਹੜੀ 8 ਸਾਲ ਦਾ ਉਹਨਾਂ ਨੂੰ ਮੁਆਵਜ਼ਾ ਕੋਰਟ ਥਰੂ ਉਵੇਂ ਲੈਣ ਨੂੰ। ਅੱਜ ਉਹ ਕਹਿਣ ਡਏ ਹੋ ਆ ਪੈਸੇ ਲੈਣ ਨੂੰ, ਦੱਸੋ ਕਿੰਨੇ ਲੈਣੇ ਆ, ਠੀਕ ਹੈ ਨਾ, ਪੈਸੇ ਲੈਣ ਨੂੰ ਕਹਿੰਦੇ, ਪਰ ਆਪਾਂ ਉਹ ਨਹੀਂ, ਕੋਰਟ ਥਰੂ ਇਹਦਾ ਮੁਆਵਜ਼ਾ ਵੀ ਲਿਆ ਜਾਊਗਾ ਅਤੇ ਨਾਲੇ ਉਹਨਾਂ ਨੂੰ ਸਜ਼ਾ ਦਵਾਈ ਜਾਊਗੀ ਵੀ ਇਹਨਾਂ ਨੂੰ ਫ੍ਰੀ ਕੰਮ ਕਰਵਾ ਕੇ ਅਤੇ ਤਸ਼ੱਦਦ ਕੀਤਾ ਗਿਆ। ਬੇਨਤੀ ਆ ਸਾਰੇ ਵੀਰਾਂ ਨੂੰ ਵੀ ਜ਼ਰੂਰ ਆਪਣੇ ਆਪਣੇ ਹਾਂ ਦਾ ਨਾਰਾ ਮਾਰੋ, ਆਪਣੇ ਪਿੰਡਾਂ ਦੇ ਵਿੱਚ ਸਰਪੰਚਾਂ ਨੂੰ, ਪੰਚਾਇਤਾਂ ਨੂੰ, ਅਸੀਂ ਹਰੇਕ ਜਗ੍ਹਾ ਨਹੀਂ ਪਹੁੰਚ ਸਕਦੇ ਵੀਰੋ, ਆਪਾਂ ਤਾਂ ਇਹ ਮੁੱਦਾ ਚੱਕਿਆ ਆ, ਬਾਕੀ ਤੁਸੀਂ ਸਾਡਾ ਸਾਥ ਦਿਓ, ਸਾਡੇ ਨਾਲ ਖੜ੍ਹੇ ਹੋਵੋ, ਠੀਕ ਹੈ ਜੀ।
ਜਿਹਨਾਂ ਦੀ ਸੇਵਾ ਕਰਦਾ ਘਰ ਦੇ ਵਿੱਚ ਇੱਕ ਮਾਂ ਪਿਓ ਦਾ ਟੱਟੀ ਪਿਸ਼ਾਬ ਚੱਕਣਾ ਹੋਵੇ ਬੜਾ ਮੁਸ਼ਕਿਲ ਆ, ਲੇਕਿਨ ਇਹਨਾਂ ਦੇ 10-12 ਬੰਦੇ ਇੱਦਾਂ ਦੇ ਜਿਹੜੇ ਟੱਟੀ ਪਿਸ਼ਾਬ ਵਿੱਚ ਹੀ ਕਰ ਰਹੇ ਵਿੱਚੇ ਹੀ ਸੰਭਾਲ ਰਹੇ ਆ ਇਹਨਾਂ ਦਾ। ਦੇਖੋ ਜੀ ਕਿੱਡਾ, ਮੈਂ ਇਹ ਜ਼ਰੂਰ ਬੇਨਤੀ ਕਰੂੰਗਾ ਸੰਸਥਾ ਦਾ, ਮੈਂ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਰਹੇ ਸੰਸਥਾ ਦੀ ਤਰੱਕੀ ਕਰੇ। ਅਸੀਂ ਜਿੱਥੇ ਕੁ ਤੱਕ ਸਾਰੀ ਪਬਲਿਕ ਨੂੰ ਬੇਨਤੀ ਹੱਥ ਜੋੜ ਕੇ ਕਰਦੇ ਹਾਂ ਵੀ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੋ, ਅਤੇ ਆ ਗੁੱਜਰਾਂ ਦੇ ਕੁੱਲਿਆਂ ਕੱਲਿਆਂ ਦੇ ਵਿੱਚ ਜਿਹੜੇ ਬੱਚੇ ਆ ਨਾ, ਇਹਨਾਂ ਦਾ ਥੋੜ੍ਹਾ ਜਿਹਾ ਖਿਆਲ ਰੱਖੋ, ਤੁਸੀਂ ਵੀ ਇਹਨਾਂ ਨੂੰ ਇਨਫੋ ਆ ਕੇ ਦਿਓ, ਜਿਹੜਾ ਇਹ ਵੀ ਤੁਹਾਡਾ ਥੋੜ੍ਹਾ ਜਿਹਾ ਆਪਣੀ ਮਦਦ ਕਰ ਘੁੰਮ ਗਏ ਪਰ ਸਾਨੂੰ ਨੀ ਲੱਭਿਆ। ਅੱਜ ਸਾਡਾ ਪਰਿਵਾਰ ਖੁਸ਼ ਆ ਸੰਸਥਾ ਦਾ, ਸਾਡਾ ਭਾਂਜਾ ਮਿਲਾ ਕਰ ਮਾਤਾ ਨੂੰ ਪੁੱਛਦੇ, ਮਾਤਾ ਅੱਜ ਇੰਨੇ ਚਿਰਾਂ ਬਾਅਦ ਤੇਰਾ ਪੁੱਤ ਮਿਲਿਆ, ਕਿਵੇਂ ਮਹਿਸੂਸ ਹੋ ਰਿਹਾ ਤੈਨੂੰ ਅੱਜ ਮਾਤਾ? ਹੈਂ 8 ਸਾਲ ਮਾਤਾ ਲੱਭਦੀ ਰਹੀ, ਕੋਈ ਕੱਢਿਆ ਨਹੀਂ, ਹਾਂ ਜੇਲ੍ਹ ਨਹੀਂ ਛੱਡੀ, ਕੋਈ ਥਾਂ ਨਹੀਂ ਛੱਡਿਆ ਜਿੱਥੇ ਮਨੀਕਰ ਸਾਹਿਬ ਆ, ਕੋਈ ਥਾਂ ਕਿਹੜਾ ਥਾਂ ਤੁਹਾਨੂੰ ਦੱਸਾਂ ਕਿਹੜਾ ਥਾਂ ਨਹੀਂ ਮਿਲਦਾ। ਮੈਂ ਨਾਲ ਖੁੱਦੀਆਂ ਜੀ ਨੂੰ ਚਾਰ ਦਿਨ ਚਾਰ ਦਿਨ ਚਾਰ ਦਿਨ ਚਾਰ ਦਿਨ ਜਸਪਾਲ ਸਾਹਿਬ ਨੇ ਮੈਂ ਕੋਈ ਮੈਂਬਰ ਹੋ ਰਹਾ ਹਾਂ ਹਾਂ ਗਏ। ਚਲੋ ਆ ਲਓ ਵੀਰ ਜੀ, ਅਤੇ ਆਪਾਂ ਜੋ ਵੀ ਜਿੱਦਾਂ ਵੀ ਹੈਗੀ ਸੰਸਥਾ ਇਹਨਾਂ ਦੇ ਨਾਲ ਖੜੀ ਆ। ਬਾਬਾ ਦੀਪ ਸਿੰਘ ਟਰੱਸਟ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਆ, ਹਾਂ ਮਿਲਣ ਆਉਣਾ ਕਹਿੰਦਾ ਮੈਨੂੰ, ਆਉਣਾ ਕਹਿੰਦਾ ਮਿਲਣ ਮੈਨੂੰ, ਹੈਂ ਮਿਲਣ ਆਉਣਾ ਕਹਿੰਦਾ ਮੈਨੂੰ।